टुडे न्यूज़ विच तुहाडा स्वागत है। हुण हर खबर तुहाडे तक। बरनाला कालगढ़ बस्ती दीआं इह सारीआं लाइव तस्वीरां तुसीं देख रहे हो। ਇਹ ਉਹ ਲਾਈਵ ਤਸਵੀਰਾਂ ਨੇ ਜਿੱਥੇ ਕਿ ਦੇਹ ਵਪਾਰ ਦੇ ਅੱਡੇ 'ਤੇ ਛਾਪਾ ਮਾਰ ਕੇ ਪੰਜ ਔਰਤਾਂ ਅਤੇ ਚਾਰ ਪੁਰਸ਼ ਚੜ੍ਹੇ ਪੁਲਿਸ ਦੇ ਹੱਥੇ। ਇਹ ਜੀ ਮੁਕੱਦਮਾ ਨੰਬਰ 411 ਜੀ, ਮਿਤੀ 29/9/2020 ਨੂੰ ਦਰਜ ਕੀਤਾ ਗਿਆ ਜੀ। ਅਧਾਰ 3-4-5 ਅਮੋਰੋ ਟ੍ਰੈਫਿਕ ਰਿਸਟ੍ਰਿਕਸ਼ਨ ਐਕਟ 1956, ਇਹ ਧਾਰਾਵਾਂ ਲਾਈਆਂ ਗਈਆਂ ਜੀ, ਜਿਹਦੇ 'ਚ ਕੁਲਵਿੰਦਰ ਕੌਰ ਉਰਫ ਰਾਣੀ, ਪਤਨੀ ਲੇਟ ਬਲਜੀਤ ਸਿੰਘ ਵਾਸੀ ਅਕਾਲਗੜ੍ਹ ਬਸਤੀ ਨੇੜੇ ਰੇਲਵੇ ਸਟੇਸ਼ਨ ਬਰਨਾਲਾ, ਆ ਇਸ ਜਗ੍ਹਾ 'ਤੇ ਧੰਦਾ ਚਲਾ ਰਹੀ ਸੀ, ਜਿੱਥੇ ਮੌਕੇ 'ਤੇ ਰੇਡ ਕਰਨ 'ਤੇ 5 ਲੇਡੀਜ਼ ਅਤੇ 4 ਜੈਂਟਸ ਬਰਾਮਦ ਹੋਏ ਜੀ। ਕੀ ਨਾਮ ਕੀ ਹੈ ਸਰ ਉਹਨਾਂ ਦੇ ਦੋਸ਼ੀ ਦਾ? ਇਹ ਜੀ ਊਸ਼ਾ ਰਾਣੀ, ਸੰਤੋਸ਼, ਵਿਰਪਾਲ ਕੌਰ, ਗੁਰਮੀਤ ਕੌਰ, ਹਰਪ੍ਰੀਤ ਸਿੰਘ, ਵਿਸ਼ਾਲ ਕੁਮਾਰ, ਮਿੰਟੂ ਰਾਮ, ਭਗਵੰਤ ਸਿੰਘ। ਇਹਨਾਂ 'ਤੇ ਪਹਿਲਾਂ ਵੀ ਕੋਈ ਕਿਸੇ ਤਰ੍ਹਾਂ ਦਾ ਪਰਚਾ ਦਰਜ ਹੈ ਜੀ? ਨਹੀਂ ਜੀ, ਆਹ ਬੰਦਿਆਂ 'ਤੇ ਨਹੀਂ, ਬਾਕੀ ਲੇਡੀਜ਼ ਦਾ ਕੋਈ ਪਰਚਾ ਦਰਜ ਨਹੀਂ ਜੀ। ਪਹਿਲਾਂ ਸਰ ਇਹਨਾਂ ਤੋਂ ਬਰਾਮਦੀ, ਇਹਨਾਂ ਦੇ ਮੋਬਾਈਲ ਅਤੇ 500-700 ਰੁਪਇਆ ਸੀ ਇਹਨਾਂ ਦੇ ਕੋਲ, ਬਸ ਹੋਰ ਕੁਛ ਬਰਾਮਦ ਨਹੀਂ ਹੋਇਆ। ਜਾਂ ਮੋਟਰਸਾਈਕਲ ਸੀ ਇੱਕ ਇਹਨਾਂ ਦਾ ਜੀ, ਮੁੰਡਿਆਂ ਦਾ ਜਿਹੜੇ ਫੜੇ ਨੇ, ਇੱਕ ਮੋਟਰਸਾਈਕਲ ਜਿਹੜਾ ਬਰਾਮਦ ਕੀਤਾ ਤਾਂ ਪਾਇਆ ਗਿਆ। ਇਹ ਕਾਫੀ ਟਾਈਮ ਤੋਂ ਕਹਿ ਰਹੇ ਨੇ ਚੱਲ ਰਿਹਾ ਸੀ, ਪਰ ਸਾਨੂੰ ਜਦੋਂ ਵੀ ਪੁਲਿਸ ਨੂੰ ਕਨਫਰਮ ਹੋਇਆ, ਸਾਨੂੰ ਜਦੋਂ ਵੀ ਪਤਾ ਲੱਗਾ, ਉਦੋਂ ਨਾਲ ਦੀ ਨਾਲ ਰੇਡ ਕੀਤੀ ਗਈ। ਔਰ ਬਰਨਾਲਾ ਸਿਟੀ 'ਚ ਕਿਤੇ ਵੀ ਕੋਈ ਵੀ ਸਾਨੂੰ ਅੱਡਾ ਚੱਲਣ ਨਹੀਂ ਦਾਂਗੇ ਅਸੀਂ, ਕਿਉਂਕਿ ਸਾਡੇ SSP ਸਾਹਿਬ ਦੀ ਸਖ਼ਤ ਹਦਾਇਤ ਹੈ, ਲਾਅ ਐਂਡ ਆਰਡਰ, ਔਰ ਆਹ ਟ੍ਰੈਫਿਕ ਦਾ ਹੋ ਗਿਆ, ਆਹ ਦੇਹ ਵਪਾਰ ਦਾ ਹੋ ਗਿਆ, ਕਿਸੇ ਵੀ ਤਰ੍ਹਾਂ ਦਾ ਕੋਈ ਵੀ ਮਤਲਬ ਲਾਅ ਐਂਡ ਆਰਡਰ ਦੇ ਬਾਹਰ ਕੋਈ ਕੰਮ ਨਹੀਂ ਹੋਏਗਾ, ਔਰ ਸਭ ਨੂੰ ਨੱਥ ਪਾਈ ਜਾਏਗੀ ਜੀ। ਤਾਜ਼ਾ ਖਬਰਾਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਅਤੇ ਬੈੱਲ ਆਈਕਨ ਵੀ ਦਬਾਓ।